ਮੈਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਮੈਂ ਇਹ ਦੁਰਗਾ ਇਨਕਲੇਵ ਦੇ ਵਿੱਚ ਮਾਤਾ ਰਾਣੀ ਦਾ ਇੱਕ ਜਾਗਰਣ ਹੋ ਰਿਹਾ ਸੀ ਜਿਸ ਜਗ੍ਹਾ ਦੇ ਉੱਤੇ ਪੰਡਾਲ ਗਿਰਿਆ ਔਰ ਕਿਹਾ ਜਾ ਰਿਹਾ ਵਾ ਕਿ ਇਸ ਜਗ੍ਹਾ ਦੇ ਉੱਤੇ ਪੰਡਾਲ ਗਿਰਨ ਦੇ ਨਾਲ ਹੜਬੜੀ ਮਚ ਗਈ ਸੀ ਉਸ ਦੇ ਦੌਰਾਨ ਲਗਭਗ ਇੱਕ ਤੋਂ ਦੋ ਜਣੇ ਦੀ ਜਿਹੜੀ ਹੈ ਮੌਤ ਹੋਈ ਹੈ ਔਰ 10 ਤੋਂ 15 ਲੋਕ ਜਿਹੜੇ ਹੈਗੇ ਨੇ ਉਹ ਕਾਇਲ ਹੋਏ ਨੇ ਇੱਥੇ ਹੜਬੜੀ ਮਚੀ ਹੋਈ ਸੀ ਜਿਸ ਵੇਲੇ ਜਾਗਰਣ ਚੱਲ ਰਿਹਾ ਸੀਗਾ ਔਰ ਇੱਕਦਮ ਨੇਹਰੀ ਤੂਫਾਨ ਜਿਹੜਾ دیر ਰਾਤ ਕੱਲ ਆਇਆ ਵਾ ਉਸ ਵਜ੍ਹਾ ਕਰਕੇ ਹੀ ਇਸ ਦੇ ਵਿੱਚ ਹੜਬੜੀ ਮਚੀ ਸੀ ਔਰ ਉਸ ਕਰਕੇ ਹੀ ਪੰਡਾਲ ਬੇ ਉਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਭੋਲੇनाथ ਦੀ ਜਿਹੜੀ ਫੋਟੋ ਹੈਗੀ ਆ ਉਹ ਗਿਰੀ ਹੋਈ ਆ ਉੱਪਰ ਜਿਹੜੇ ਮੰਦਰ ਬਣੇ ਹੋਏ ਨੇ ਉਹ ਚੀਜ਼ਾਂ ਗਿਰੀਆਂ ਹੋਈਆਂ ਨੇ ਤੇ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਤਰੀਕੇ ਦਾ ਅੰਧੇਰੀ ਤੂਫਾਨ ਜਿਹੜਾ ਦੇਰ ਰਾਤ ਆਇਆ ਹੋਊਗਾ ਔਰ ਉਸ ਦੇ ਨਾਲ ਇੱਕ ਵੱਡਾ ਹਾਸਾ ਨਿਕਲ ਕੇ ਸਾਹਮਣੇ ਆਇਆ ਵਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਵਾ ਕਿ ਦੋ ਲੋਕਾਂ ਦੀ ਮੌਤ ਹੋਈ ਹੈ ਔਰ 10 ਤੋਂ 15 ਲੋਕ ਕਾਇਲ ਹੋਏ ਨੇ ਔਰ ਇਸ ਜਾਗਰਨ ਦੇ ਵਿੱਚ ਖੜਬੜੀ ਮਚ ਗਈ ਸੀ ਜਿਸ ਵੇਲੇ ਇਹ ਵਾਕਿਆ ਹੋਇਆ ਔਰ ਉਸ ਚੀਜ਼ ਨੂੰ ਲੈ ਕੇ ਫੋਰੀ ਤੌਰ ਦੇ ਉੱਤੇ ਜਿਹੜੇ ਕਾਇਲ ਹੈਗੇ ਨੇ ਉਹ ਨਿੱਜੀ ਹਸਪਤਾਲ ਚ ਉਹਨਾਂ ਨੂੰ ਭਰਤੀ ਕਰਾ ਦਿੱਤਾ ਗਿਆ ਇਲਾਜ ਦੇ ਵਾਸਤੇ ਔਰ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਲੈ ਕੇ ਜਿਹੜੇ ਪਰਿਵਾਰ ਜਨ ਹੈਗੇ ਉਹ ਸ਼ੋਕ ਦੇ ਵਿੱਚ ਹੈਗੇ ਨੇ ਔਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹਾਸਾ ਹੋਇਆ ਕਿ ਨਹੀਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਮੈਂ ਇਹ ਦੁਰਗਾ ਇਨਕਲੇਵ ਦੇ ਵਿੱਚ ਮਾਤਾ ਰਾਣੀ ਦਾ ਇੱਕ ਜਾਗਰਣ ਹੋ ਰਿਹਾ ਸੀ ਜਿਸ ਜਗ੍ਹਾ ਦੇ ਉੱਤੇ ਪੰਡਾਲ ਗਿਰਿਆ ਔਰ ਕਿਹਾ ਜਾ ਰਿਹਾ ਵਾ ਕਿ ਇਸ ਜਗ੍ਹਾ ਦੇ ਉੱਤੇ ਪੰਡਾਲ ਗਿਰਨ ਦੇ ਨਾਲ ਹੜਬੜੀ ਮਚ ਗਈ ਸੀ ਉਸ ਦੇ ਦੌਰਾਨ ਲਗਭਗ 1 ਤੋਂ 2 ਜਣੇ ਦੀ ਜਿਹੜੀ ਹੈ ਮੌਤ ਹੋਈ ਹੈ ਔਰ 10 ਤੋਂ 15 ਲੋਕ ਜਿਹੜੇ ਹੈਗੇ ਨੇ ਉਹ ਕਾਇਲ ਹੋਏ ਨੇ ਇੱਥੇ ਹੜਬੜੀ ਮਚੀ ਹੋਈ ਸੀ ਜਿਸ ਵੇਲੇ ਜਾਗਰਣ ਚੱਲ ਰਿਹਾ ਸੀਗਾ ਔਰ ਇੱਕਦਮ ਹਨੇਰੀ ਤੂਫਾਨ ਜਿਹੜਾ دیر ਰਾਤ ਕੱਲ ਆਇਆ ਵਾ ਉਸ ਵਜ੍ਹਾ ਕਰਕੇ ਹੀ ਇਸ ਦੇ ਵਿੱਚ ਹੜਬੜੀ ਮਚੀ ਸੀ ਔਰ ਉਸ ਕਰਕੇ ਹੀ ਪੰਡ ਬਸ ਉਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਭੋਲੇਨਾਥ ਦੀ ਜਿਹੜੀ ਫੋਟੋ ਹੈਗੀ ਆ ਉਹ ਗਿਰੀ ਹੋਈ ਆ ਉੱਪਰ ਜਿਹੜੇ ਮੰਦਰ ਬਣੇ ਹੋਏ ਨੇ ਉਹ ਚੀਜ਼ਾਂ ਗਿਰੀਆਂ ਹੋਈਆਂ ਨੇ ਤੇ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਤਰੀਕੇ ਦਾ ਅੰਧੇਰੀ ਤੂਫਾਨ ਜਿਹੜਾ ਦੇਰ ਰਾਤ ਆਇਆ ਹੋਊਗਾ ਔਰ ਉਸ ਦੇ ਨਾਲ ਇੱਕ ਵੱਡਾ ਹਾਸਾ ਨਿਕਲ ਕੇ ਸਾਹਮਣੇ ਆਇਆ ਵਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਵਾ ਕਿ ਦੋ ਲੋਕਾਂ ਦੀ ਮੌਤ ਹੋਈ ਆ ਔਰ 10 ਤੋਂ 15 ਲੋਕ ਕਾਇਲ ਹੋਏ ਨੇ ਔਰ ਇਸ ਜਾਗਰਨ ਦੇ ਵਿੱਚ ਖੜਬੜੀ ਮਚ ਗਈ ਸੀ ਜਿਸ ਵੇਲੇ ਇਹ ਵਾਕਿਆ ਹੋਇਆ ਔਰ ਉਸ ਚੀਜ਼ ਨੂੰ ਲੈ ਕੇ ਫੋਰੀ ਤੌਰ ਤੇ ਜਿਹੜੇ ਕਾਇਲ ਹੈਗੇ ਨੇ ਉਹ ਨਿੱਜੀ ਹਸਪਤਾਲ ਚ ਉਹਨਾਂ ਨੂੰ ਭਰਤੀ ਕਰਾ ਦਿੱਤਾ ਗਿਆ ਇਲਾਜ ਦੇ ਵਾਸਤੇ ਔਰ ਜਿਹੜੇ ਜਿੰਨਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਲੈ ਕੇ ਜਿਹੜੇ ਪਰਿਵਾਰਜਨ ਹੈਗੇ ਉਹ ਸ਼ੋਕ ਦੇ ਵਿੱਚ ਹੈਗੇ ਨੇ ਔਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹਾਸਾ ਹੋਇਆ ਕਿ ਮਿਆ ਹੈ